ਆਪ ਨਹੀਂ ਆਜ਼ਾਦ ਹੋ ਕੇ ਰਹਿਣਾ ਇਹਦੀ ਆਜ਼ਾਦ ਹਸਤੀ ਨੂੰ ਕੋਈ ਬੰਦਾ ਨਹੀਂ ਰੋਕ ਸਕਦਾ ਸਿੱਖਾਂ ਦੇ ਖਿਲਾਫ ਨਾ ਬੋਲੋ ਸਿੱਖਾਂ ਨੂੰ ਸਮੂਹਿਕ ਤੌਰ ਤੇ ਧਮਕੀਆਂ ਦੇਣੀਆਂ ਬੰਦ ਤੇ ਨਾ ਮੈਨੂੰ ਗ੍ਰਿਫਤਾਰੀ ਦਾ ਡਰ ਹੈ ਨਾ ਮਰਨ ਦਾ ਅਮਰਪਾਲ ਸਿੰਘ ਨੂੰ ਫੜਨ ਦੇ ਲਈ ਪੁਲਿਸ ਲਗਭਗ 15 ਦਿਨਾਂ ਤੋਂ ਕੋਸ਼ਿਸ਼ਾਂ ਕਰ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ 6 ਜਿਹੜੀਆਂ ਸਟੇਟ ਦੀ ਪੁਲਿਸ ਆ ਯੂਪੀ ਦਿੱਲੀ ਪੰਜਾਬ ਰਾਜਸਥਾਨ ਤੇ ਹੋਰ ਵੀ ਕਈ ਸੂਬਿਆਂ ਦੀ ਪੁਲਿਸ ਅਮਰਪਾਲ ਨੂੰ ਫੜਨ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਪਰ ਹਜੇ ਤੱਕ ਅਮਰਪਾਲ ਸਿੰਘ ਹੱਥ ਦੇ ਵਿੱਚ ਨਹੀਂ ਆਇਆ ਜਿਸ ਨੂੰ ਪੁਲਿਸ ਫੇਲੀਅਰ ਮੰਨਿਆ ਜਾ ਰਿਹਾ ਹੈ ਤੇ ਉੱਥੇ ਹੀ ਜਿਵੇਂ ਤੁਹਾਨੂੰ ਦੱਸ ਦਿੰਨੇ ਆ ਕਿ ਅਮਰਪਾਲ ਸਿੰਘ ਬਾਰੇ ਇੱਕ ਹੋਰ ਗੱਲ ਸਾਹਮਣੇ ਆਈ ਆ ਯੂਪੀ ਹੁੰਦਿਆਂ ਹੋਇਆ ਉਹ ਨੇਪਾਲ ਦਾ ਬਾਰਡਰ ਟੱਪਣਾ ਚਾਹੁੰਦਾ ਸੀ ਪਰ ਬਾਰਡਰ ਤੇ ਜਿਹੜੀ ਸਿਕਿਉਰਿਟੀ ਟਾਈਟ ਕਰ ਦਿੱਤੀ ਗਈ ਜਿਸ ਕਰਕੇ ਉਹ ਵਾਪਸ ਫਿਰ ਪੰਜਾਬ ਆ ਗਿਆ ਉੱਤਰਾਖੰਡ ਤੋਂ ਫਗਵਾੜੇ ਪਹੁੰਚਿਆ ਉੱਥੇ ਸਰਚ ਆਪਰੇਸ਼ਨ ਚੱਲਿਆ ਤੇ ਪਹਿਲਾਂ ਵਾਲੀਆਂ ਵੀਡੀਓ ਜਿਹੜਾ ਨੈਸ਼ਨਲ ਟੀਵੀ ਉੱਤੇ ਕਾਫੀ ਜ਼ਿਆਦਾ ਚੱਲ ਰਹੀਆਂ ਜਿਸ ਦੇ ਵਿੱਚ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਜਿਹੜਾ ਪਹਿਲਾਂ ਡਗਮਜ਼ੇ ਮਾਰਦਾ ਸੀ ਪਹਿਲਾਂ ਇਹ ਗੱਲ ਆਖਦਾ ਸੀ ਕਿ ਮੈਨੂੰ ਕੋਈ ਗ੍ਰਿਫਤਾਰ ਨਹੀਂ ਕਰ ਸਕਦਾ ਮੈਨੂੰ ਹੱਥ ਨਹੀਂ ਕੋਈ ਲਾ ਸਕਦਾ ਪੰਜਾਬ ਆਜ਼ਾਦ ਹੋ ਕੇ ਰਹੇਗਾ ਹੁਣ ਉਹ ਲੁਕਦਾ ਛੁਪਦਾ ਫਿਰ ਰਿਹਾ ਹੈ ਇਹ ਨੈਸ਼ਨਲ ਮੀਡੀਆ ਦੇ ਉੱਤੇ ਚੱਲ ਰਹੀਆਂ ਨੇ ਖਬਰਾਂ ਤੇ ਤੁਹਾਨੂੰ ਨਾਲ ਹੀ ਦੱਸ ਦਿੰਦੇ ਆ ਕਿ ਇਸ ਤੋਂ ਬਾਅਦ ਅਮਰਪਾਲ ਸਿੰਘ ਨੇ ਲਗਾਤਾਰ 3 ਵੀਡੀਓ ਪਾਈਆਂ ਜਿਸ ਦੇ ਵਿੱਚ ਅਮਰਪਾਲ ਸਿੰਘ ਫਿਰ ਇੱਕ ਵਾਰ ਚੁਣੌਤੀ ਦਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਪੁਲਿਸ ਨੂੰ ਉਸ ਤੇ ਆਖਿਆ ਜਾ ਰਿਹਾ ਹੈ ਕਿ ਸਿੱਖ ਜਿਹੜਾ ਪੰਥ ਆ ਉਹ ਜਿਹੜਾ ਇੱਕ ਸਰਬੱਤ ਖਾਲਸਾ ਦਾ ਬੁਲਾ ਕੇ ਵੱਡਾ ਇਕੱਠ ਕਰੇ ਤੇ ਉਸ ਤੋਂ ਬਾਅਦ ਫਿਰ ਕੋਈ ਵੱਡੀ ਵਿਉਂਤੇ ਕਿਉਂਕਿ ਲੜਾਈ ਜਿਹੜੀ ਕਾਫੀ ਵੱਡੇ ਪੱਧਰ ਤੇ ਜਾ ਚੁੱਕੀ ਆ ਤੇ ਉੱਥੇ ਹੀ ਨਾਲ ਦੀ ਨਾਲ ਇਹ ਵੀ ਖਾਸ਼ਾ ਜਤਾਇਆ ਜਾ ਰਿਹਾ ਹੈ ਕਿ ਉਹ ਅਕਾਲ ਤਖਤ ਸਾਹਿਬ ਦੇ ਵਿੱਚ ਦਾਖਲ ਹੋ ਸਕਦਾ ਹੈ ਤੇ ਉੱਥੇ ਮੀਡੀਆ ਸਾਹਮਣੇ ਗ੍ਰਿਫਤਾਰੀ ਦੇਵੇਗਾ ਇਸ ਕਰਕੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੀ ਸਿਕਿਉਰਿਟੀ ਕਾਫੀ ਵੱਡੀ ਮਾਤਰਾ ਦੇ ਵਿੱਚ ਵਧਾ ਦਿੱਤੀ ਗਈ ਆ ਹੁਣ ਵੇਖਣਾ ਹੋਵੇਗਾ ਕਿ ਅਮਰਪਾਲ ਸਿੰਘ ਨੂੰ ਕਦੋਂ ਤੱਕ ਗ੍ਰਿਫਤਾਰ ਕੀਤਾ